are watching Channel Y. Channel Y. A South Asian Canadian channel. Canada di Air Force da ik jahaz rehaishi khetar vich crash ho gaya. Is hadse vich ik pilot di maut ho gayi jadki ik hor crew member zakhmi dassya ja reha hai. ਇਹ ਜੈਟ ਕੈਨੇਡਾ ਵਿੱਚ ਕੋਵਿਡ-19 ਵਿਰੁੱਧ ਜੰਗ ਲੜ ਰਹੇ ਲੋਕਾਂ ਨੂੰ ਸਲਾਮ ਕਰਨ ਲਈ ਉਡਾਏ ਗਏ ਸਨ। ਅਚਾਨਕ ਇਹਨਾਂ ਵਿੱਚੋਂ ਇੱਕ ਜਹਾਜ਼ ਕ੍ਰੈਸ਼ ਹੋ ਕੇ ਬ੍ਰਿਟਿਸ਼ ਕੋਲੰਬੀਆ ਸਥਿਤ ਕਮਲੂਪਸ ਵਿੱਚ ਇੱਕ ਘਰ ਨਾਲ ਜਾ ਟਕਰਾਇਆ। ਜਹਾਜ਼ ਜਿਵੇਂ ਹੀ ਕ੍ਰੈਸ਼ ਹੋ ਕੇ ਹੇਠਾਂ ਵੱਲ ਡਿੱਗਿਆ ਉਦੋਂ ਇੱਕ ਪਾਇਲਟ ਉਸ ਵਿੱਚੋਂ ਨਿਕਲਣ ਵਿੱਚ ਸਫਲ ਰਿਹਾ ਜੋ ਕਿ ਫਿਲਹਾਲ ਜ਼ਖਮੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕੈਨੇਡੀਅਨ ਸਨੋਬਰਡਸ ਜਨਤਾ ਲਈ ਹਵਾ ਵਿੱਚ ਸਟੰਟ ਕਰ ਰਹੇ ਸਨ। ਦੱਸ ਦਈਏ ਕਿ ਅਧਿਕਾਰਤ ਤੌਰ ਤੇ 431 ਏਅਰ ਪ੍ਰਦਰਸ਼ਨ ਸਕੁਐਡਰਨ ਦੇ ਰੂਪ ਵਿੱਚ ਜਾਣਿਆ ਜਾਣ ਵਾਲਾ ਸਨੋਬਰਡਸ ਰਾਇਲ ਕੈਨੇਡੀਅਨ ਏਅਰ ਫੋਰਸ ਦਾ ਮਿਲਟਰੀ ਏਰੋਬੈਟਿਕਸ ਜਾਂ ਏਅਰ ਸ਼ੋ ਫਲਾਈਟ ਪ੍ਰਦਰਸ਼ਨ ਟੀਮ ਹੈ। ਇਹ ਘਟਨਾ ਐਤਵਾਰ ਨੂੰ ਵਾਪਰੀ। ਜਹਾਜ਼ ਉਡਾਨ ਭਰਨ ਦੇ ਕੁਝ ਦੇਰ ਬਾਅਦ ਹੀ ਕ੍ਰੈਸ਼ ਹੋ ਗਿਆ। ਮਾਮਲੇ ਵਿੱਚ ਰਾਇਲ ਕੈਨੇਡੀਅਨ ਏਅਰ ਫੋਰਸ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਅਸੀਂ CF ਸਨੋਬਰਡਸ ਟੀਮ ਦਾ ਇੱਕ ਮੈਂਬਰ ਗਵਾ ਦਿੱਤਾ ਹੈ ਤੇ ਇੱਕ ਹੋਰ ਜ਼ਖਮੀ ਹੈ। ਜ਼ਖਮੀ ਪਾਇਲਟ ਦੀ ਹਾਲਤ ਸਥਿਰ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ ਜਹਾਜ਼ ਹਵਾ ਵਿੱਚ ਜਿਵੇਂ ਹੀ ਉਡਾਨ ਭਰਦੇ ਨੇ ਉਦੋਂ ਇੱਕ ਜਹਾਜ਼ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਉਹ ਕ੍ਰੈਸ਼ ਹੋ ਜਾਂਦਾ ਹੈ। ਘਟਨਾ ਨੂੰ ਆਪਣੇ ਅੱਖੀਂ ਦੇਖਣ ਵਾਲੀ ਇੱਕ ਲੜਕੀ ਦਾ ਕਹਿਣਾ ਹੈ ਕਿ ਇੱਕ ਜਹਾਜ਼ ਉੱਡਦਾ ਜਾ ਰਿਹਾ ਸੀ ਅਤੇ ਦੂਜਾ ਦੋ ਹਿੱਸਿਆਂ ਵਿੱਚ ਤਬਦੀਲ ਹੋ ਗਿਆ। ਉਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਇਹ ਇੱਕ ਅੱਗ ਦੇ ਗੋਲੇ ਵਰਗਾ ਲੱਗ ਰਿਹਾ ਸੀ। You are watching Channel Y, Channel Y, a South Asian Canadian channel.